ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜਾਮ ਸਟੱਡੀ ਵਿਦ ਜੋਬ ਅਲਰਟ ਵਿੱਚ 10ਵੀਂ ਅਤੇ 12ਵੀਂ ਦੇ ਪੇਪਰ ਸੰਬੰਧੀ ਜੋ ਅਪਡੇਟ ਆਈ ਹੈ 1.5 ਕਰੋੜ ਉੱਤਰ ਕਾਪੀਆਂ ਜੋ 50 ਦਿਨਾਂ ਵਿੱਚ ਇਸ ਤਰ੍ਹਾਂ ਹੈ ਜੋ ਅਧਿਆਪਕ ਚੈੱਕ ਕਰਨਗੇ ਤਾਂ ਇਹਦੇ ਨਾਲ ਸੰਬੰਧਿਤ ਲੇਟੈਸਟ ਅਪਡੇਟ ਆਈ ਹੈ ਕਿਸ ਤਰ੍ਹਾਂ ਹੈ ਜੋ 10ਵੀਂ ਅਤੇ 12ਵੀਂ ਕਲਾਸ ਦੇ ਪੇਪਰ ਚੈੱਕ ਕਰਨਗੇ ਤਾਂ ਇਹ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰ ਦਿਆ ਤਾਂ ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਅੱਜ ਕਿਹਾ ਕਿ ਸੀਬੀਐਸਈ ਦੇ 10ਵੀਂ ਅਤੇ 12ਵੀਂ ਦੇ ਪੇਪਰ ਅਧਿਆਪਕ ਆਪਣੇ ਘਰ ਬੈਠ ਕੇ ਚੈੱਕ ਕਰਨਗੇ ਉਹਨਾਂ ਨੂੰ ਉੱਤਰ ਕਾਪੀਆਂ ਨੇ ਜੋ ਮਹੀਆ ਕਰਾਉਣ ਲਈ 3000 ਸਕੂਲਾਂ ਨੂੰ ਕੇਂਦਰ ਬਣਾਇਆ ਗਿਆ ਹੈ ਸ਼੍ਰੀ ਨਿਸ਼ੰਕ ਨੇ ਕਿਹਾ ਕਿ ਅਧਿਆਪਕਾਂ ਨੂੰ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ 1.5 ਕਰੋੜ ਉੱਤਰ ਕਾਪੀਆਂ ਮਹੀਆ ਕਰਵਾਈਆਂ ਜਾਣਗੀਆਂ ਉਮੀਦ ਹੈ ਕਿ 50 ਦਿਨਾਂ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ ਜੇਕਰ ਜੋ ਹੈ ਕਿ ਕਰੋਨਾ ਵਾਇਰਸ ਦੇ ਮੱਦੇ ਨਾਜ਼ਰ ਦੇਸ਼ ਵਿੱਚ ਲਾਗੂ ਲਾਕਡਾਊਨ ਕਾਰਨ ਉੱਤਰ ਕਾਪੀਆਂ ਨੂੰ ਚੈੱਕ ਕਰਨ ਦਾ ਕੰਮ ਲਟਕ ਗਿਆ ਸੀ ਬਾਕੀ ਦੇ ਬੋਰਡ ਇਮਤਿਹਾਨ ਪਹਿਲੀ ਤੋਂ 15 ਜੁਲਾਈ ਤੱਕ ਲਏ ਜਾਣਗੇ ਜਿਵੇਂ ਇਸ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ ਤਾਂ ਇਹ ਪੇਪਰ ਕਾਰਨ ਸੰਬੰਧੀ ਹੈ ਜੋ ਅਪਡੇਟ ਆਇਆ ਟੀਚਰ ਨੇ ਜੋ ਆਪਣੇ ਘਰ ਬੈਠ ਕੇ ਪੇਪਰ ਚੈੱਕ ਕਰਨਗੇ ਸੀਬੀਐਸਸੀ ਬੋਰਡ ਦੇ ਵੱਲੋਂ ਜੋ ਰਮੇਸ਼ ਭੁਖਰੀਆਲ ਨੇ ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਤਾਂ ਇਹਨਾਂ ਨੇ ਹੈ ਜੋ ਐਲਾਨ ਕੀਤਾ ਹੈ ਧੰਨਵਾਦ ਜੀ